GKR TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦ ਕਿਚਨ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਸਵਾਗਤ। ਅੱਜ ਅਸੀਂ ਆਪ ਜੀ ਵਾਸਤੇ ਇੱਕ ਬਹੁਤ ਹੀ ਮਸ਼ਹੂਰ ਔਰ ਬਹੁਤ ਹੀ ਸਵਾਦਿਸ਼ਟ ਡਿਸ਼ ਲੈ ਕੇ ਹਾਜ਼ਰ ਹੋਏ ਹਾਂ, ਜਿਹੜੀ ਕਿ ਇੱਕ ਸਨੈਕਸ ਦੇ ਰੂਪ ਵਿੱਚ ਵੀ ਖਾਧੀ ਜਾਂਦੀ ਹੈ, ਚਿਕਨ ਪੌਪਕੋਰਨ। ਸੋ ਆਓ ਤੁਹਾਨੂੰ ਅੱਜ ਪੰਜਾਬੀ ਸਟਾਈਲ ਦੇ ਵਿੱਚ ਚਿਕਨ ਪੌਪਕੋਰਨ ਬਣਾ ਕੇ ਦਿਖਾਈਏ। ਆਓ ਜੀ, ਚਿਕਨ ਪੌਪਕੋਰਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਚਿਕਨ, ਉਹਨੂੰ ਅਸੀਂ ਛੋਟੇ ਛੋਟੇ ਕਿਊਬਸ ਦੇ ਵਿੱਚ ਕੱਟ ਲਿਆ ਹੈ ਅਤੇ ਇਹਨੂੰ 2-3 ਵਾਰ ਅਸੀਂ ਅੱਛੀ ਤਰ੍ਹਾਂ ਵਾਸ਼ ਕਰ ਲਿਆ ਹੈ। ਉਸ ਤੋਂ ਬਾਅਦ ਨਮਕ, ਲਾਲ ਮਿਰਚ, ਅਦਰਕ ਲਸਣ ਦਾ ਪੇਸਟ, ਕਿਚਨ ਕਿੰਗ, ਕਾਲੀ ਮਿਰਚ, ਓਰੀਗੈਨੋ, ਅਰਾਰੋਡ ਔਰ ਮੈਦਾ ਅਤੇ ਬ੍ਰੈਡ ਕ੍ਰੰਬਸ, ਇਹਦੀ ਸਾਨੂੰ ਜ਼ਰੂਰਤ ਪੈਣੀ ਹੈ। ਆਹ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਚਿਕਨ ਪੌਪਕੋਰਨ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਨਮਕ 1/2 ਚਮਚ, 1/2 ਚਮਚ ਲਾਲ ਮਿਰਚ, ਥੋੜ੍ਹਾ ਜਿਹਾ ਕਿਚਨ ਕਿੰਗ, ਕਾਲੀ ਮਿਰਚ, ਥੋੜ੍ਹਾ ਜਿਹਾ ਓਰੀਗੈਨੋ ਅਤੇ 1 ਚਮਚ ਅਸੀਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਤੇ ਇਸ ਤੋਂ ਬਾਅਦ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਲਾ ਲੈਂਦੇ ਹਾਂ। ਤਾਂ ਜੋ ਮਸਾਲੇ ਇਹਨੂੰ ਅੱਛੀ ਤਰ੍ਹਾਂ ਚਿਪਕ ਜਾਣ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਐੱਗ ਪਾਵਾਂਗੇ। ਐੱਗ ਆਪਾਂ ਪੂਰਾ ਨਹੀਂ ਪਾਉਣਾ, ਇਹਦਾ ਤੁਸੀਂ ਚਾਹੇ ਵਾਈਟ ਪਾਰਟ ਹੀ ਆਪਾਂ ਪਾ ਸਕਦੇ ਹਾਂ। ਲਓ ਜੀ, ਇੰਨਾ ਹੀ ਪਾਉਣਾ ਸੀ ਅਤੇ ਹੁਣ ਇਹਦੇ ਵਿੱਚ ਅਸੀਂ ਦੋ ਤੋਂ 3 ਚਮਚ ਅਰਾਰੋਟ ਅਤੇ 2 ਚਮਚ ਇਹਦੇ ਵਿੱਚ ਅਸੀਂ ਮੈਦਾ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੁਣ ਇਹਨੂੰ ਅਸੀਂ 15 ਮਿੰਟ ਤੋਂ 1/2 ਘੰਟੇ ਦਾ ਰੈਸਟ ਦਿਆਂਗੇ ਜੀ ਅਤੇ ਉਸ ਤੋਂ ਬਾਅਦ ਅਸੀਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਅਗਲੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ। ਤੇਲ ਅਸੀਂ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ, ਹੁਣ ਅਸੀਂ ਪੌਪਕੋਰਨ ਦੀ ਤਿਆਰੀ ਕਰਦੇ ਹਾਂ, ਫਾਈਨਲ ਟੱਚ ਦਿੰਦੇ ਹਾਂ। ਇਹ ਪੀਸ ਨੂੰ ਚੱਕ ਕੇ ਅਸੀਂ ਬ੍ਰੈਡ ਕ੍ਰੰਬਸ ਦੇ ਵਿੱਚ ਇੱਕ ਇੱਕ ਕਰਕੇ ਰੱਖਾਂਗੇ ਅਤੇ ਇਸ ਨੂੰ ਇਸ ਤਰ੍ਹਾਂ ਮਿਲਾਉਂਦੇ ਹੋਏ ਅਤੇ ਵਾਰੀ ਵਾਰੀ ਅਸੀਂ ਬਾਕੀ ਦੇ ਚਿਕਨ ਨੂੰ ਵੀ ਇਸੇ ਤਰ੍ਹਾਂ ਕ੍ਰੰਬਸ ਲਗਾ ਲਵਾਂਗੇ। ਲਓ ਜੀ, ਹੁਣ ਆਪਾਂ ਇਹਨੂੰ ਇੱਕ ਇੱਕ ਕਰਕੇ ਫਟਾਫਟ ਆਪਾਂ ਆਇਲ ਵਿੱਚ ਛੱਡਦੇ ਹਾਂ। ਤੇਲ ਸਾਡਾ ਗਰਮ ਹੋ ਚੁੱਕਾ ਹੈ, ਇਸ ਨੂੰ ਅਲੱਗ ਅਲੱਗ ਕਰਦੇ ਹੋਏ ਆਪਾਂ ਤੇਲ ਦੇ ਵਿੱਚ ਡਿਪ ਕਰ ਦੇਵਾਂਗੇ। ਤੇਲ ਦੇ ਵਿੱਚ ਪਾਉਣ ਤੋਂ ਬਾਅਦ 2-3 ਮਿੰਟ ਆਪਾਂ ਵੇਟ ਕਰਨੀ ਹੈ, ਇਹਨੂੰ ਹਿਲਾਉਣਾ ਨਹੀਂ ਹੈ। 2-3 ਮਿੰਟ ਬਾਅਦ ਇਹਨੂੰ ਹਲਕਾ ਹਲਕਾ ਆਪਾਂ ਹਿਲਾਉਣਾ ਸ਼ੁਰੂ ਕਰਾਂਗੇ। 2-3 ਮਿੰਟਾਂ ਬਾਅਦ ਆਪਾਂ ਇਹਨੂੰ ਹਲਕਾ ਹਲਕਾ ਹਿਲਾਉਣਾ ਸ਼ੁਰੂ ਕਰਾਂਗੇ ਤਾਂ ਜੋ ਕਈ ਵਾਰੀ ਚਿਕਨ ਥੱਲੇ ਵੀ ਚਿਪਕ ਜਾਂਦਾ ਹੈ। ਇਹਨੂੰ ਆਪਾਂ
7 ਤੋਂ 8 ਮਿੰਟ ਨੂੰ ਆਪਾਂ ਫਰਾਈ ਕਰਾਂਗੇ। 6 ਤੋਂ 7 ਮਿੰਟ ਆਪਣੇ ਹੋ ਚੁੱਕੇ ਹਨ ਔਰ ਤਕਰੀਬਨ ਦੇਖੋ ਕਿੰਨਾ ਪਿਆਰਾ ਕਲਰ ਆ ਰਿਹਾ ਹੈ। ਬਸ ਹੁਣ ਫੁੱਲ ਪੱਕਣ ਦੀ ਤਿਆਰੀ 'ਚ ਹਨ। 1 ਮਿੰਟ ਦੀ ਵੇਟ ਤੋਂ ਬਾਅਦ ਅਸੀਂ ਇਹਨੂੰ ਕੱਢ ਲਵਾਂਗੇ। ਇਹ ਇੱਕ ਸਨੈਕਸ ਦੇ ਰੂਪ ਵਿੱਚ ਬਹੁਤ ਮਸ਼ਹੂਰ ਹੈ। ਇਸ ਨੂੰ ਕਿਸੇ ਵੀ ਉਮਰ ਦੇ ਲੋਕ ਖਾ ਸਕਦੇ ਹਨ, ਬੱਚੇ, ਬੁੜੇ, ਜਵਾਨ ਔਰ ਜਿਹੜੇ ਪੈਗ ਲਾਉਣ ਦੇ ਸ਼ੌਕੀਨ ਹਨ ਉਹ ਵੀ ਇਸਨੂੰ ਖਾ ਸਕਦੇ ਹਨ। ਤਕਰੀਬਨ ਸਾਡੀ ਡਿਸ਼ ਤਿਆਰ ਹੈ। ਦੇਖੋ ਕਿੰਨਾ ਪਿਆਰਾ, ਕਿੰਨਾ ਸੋਹਣਾ ਕਲਰ ਆਇਆ ਹੈ। ਜਦੋਂ ਸਾਡਾ ਚਿਕਨ ਪੱਕਣ ਵੱਲ ਜਾਂਦਾ ਹੈ ਤਾਂ ਉਸਦਾ ਕਲਰ ਵੀ ਚੇਂਜ ਹੋ ਜਾਂਦਾ ਹੈ ਅਤੇ ਉਸਦੇ ਇਹ ਜਿਹੜੇ ਬੁਲਬਲੇ ਉੱਠ ਰਹੇ ਹਨ ਉਹ ਵੀ ਘੱਟ ਜਾਂਦੇ ਹਨ। ਹੁਣ ਦੇਖੋ ਤੁਸੀਂ ਕਿ ਬੁਲਬਲੇ ਬਹੁਤ ਘੱਟ ਗਏ ਹਨ। ਇਸ ਦਾ ਮਤਲਬ ਕਿ ਸਾਡਾ ਚਿਕਨ ਪੱਕ ਕੇ ਤਿਆਰ ਹੈ। ਸਵਾਓ ਹੁਣ ਇਸ ਨੂੰ ਅਸੀਂ ਕੱਢੀਏ ਅਤੇ ਪਲੇਟ ਵਿੱਚ ਸਜਾਈਏ। ਇਸਦਾ ਤੇਲ ਅਸੀਂ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ। ਦੇਖਣ ਨੂੰ ਕਿੰਨੇ ਸੋਹਣੇ ਲੱਗ ਰਹੇ ਹਨ ਕਲਰ ਔਰ ਬ੍ਰੈਡ ਕ੍ਰੰਬਸ ਲੱਗਣ ਦੀ ਵਜ੍ਹਾ ਨਾਲ ਇਸਦੀ ਲੁੱਕ ਕਿੰਨੀ ਪਿਆਰੀ ਆ ਰਹੀ ਹੈ। ਸੋ ਇਸ ਨੂੰ ਅਸੀਂ ਸਾਰਿਆਂ ਨੂੰ ਕੱਢ ਲਿਆ ਹੈ। ਆਓ ਹੁਣ ਇਸ ਤੋਂ ਬਾਅਦ ਅਸੀਂ ਤੁਹਾਨੂੰ ਪਲਾਟਰ ਵਿੱਚ ਲਗਾ ਕੇ ਦਿਖਾਉਂਦੇ ਹਾਂ। ਲਓ ਜੀ, ਹੁਣ ਆਪਾਂ ਇਹਨੂੰ ਪਲਾਟਰ ਦੇ ਵਿੱਚ ਲਗਾਉਂਦੇ ਹਾਂ। ਹੱਥਾਂ ਨੂੰ ਇੰਨੇ ਸੋਹਣੇ ਕੁਰਕਰੇ ਲੱਗ ਰਹੇ ਹਨ, ਸਮੈਲ ਇੰਨੀ ਪਿਆਰੀ ਆ ਰਹੀ ਹੈ। ਲਓ ਜੀ, ਆਪਣੀ ਡਿਸ਼ ਤਿਆਰ ਹੈ ਪੌਪਕੋਰਨ ਦੀ। ਇਹਦੇ ਉੱਤੇ ਹਲਕਾ ਜਿਹਾ ਅਸੀਂ ਚਾਟ ਮਸਾਲਾ ਸਪ੍ਰਿੰਕਲ ਕਰਾਂਗੇ। ਆਪਣੀ ਚਿਕਨ ਪੌਪਕੋਰਨ ਦੀ ਡਿਸ਼ ਤਿਆਰ ਹੈ। ਸੋ ਤੁਸੀਂ ਵੀ ਇਸਨੂੰ ਘਰ ਵਿੱਚ ਬਣਾਓ ਅਤੇ ਉਸ ਤੋਂ ਬਾਅਦ ਲਾਈਕ, ਸ਼ੇਅਰ, ਕਮੈਂਟ ਕਰਕੇ ਔਰ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਸਾਡੀ ਇਹ ਡਿਸ਼ ਕਿਸ ਤਰ੍ਹਾਂ ਦੀ ਲੱਗੀ। ਥੈਂਕ ਯੂ ਫੋਰ ਵਾਚਿੰਗ GKR TV।